ਆ ਸਭ ਤੋਂ ਡੇਂਜਰਸ ਕੰਮ ਲੱਗਦਾ ਮੈਨੂੰ ਤੇਰਾ, ਕਿਹੜਾ? ਆੜਾ ਤੂੰ ਅੱਖ 'ਚ ਬਾਜ ਬਾਜ ਨਾਲ ਹੀ ਮਾਰ ਦਿੰਦੀ ਅੱਖ 'ਤੇ ਉਹਦੇ ਉੱਤੇ, ਆਪਣਾ ਮੇਰੇ ਹਿਸਾਬ ਨਾਲ ਨਹੀਂ ਮਾਰਨਾ ਚਾਹੀਦਾ ਓਏ। ਖਤਰੋਂ ਕੇ ਖਿਲਾੜੀ, ਸਲਾਈ ਨਾ, ਤੈਨੂੰ ਫੋਨ ਨਹੀਂ ਆਇਆ? ਕਾਹਦਾ ਫੋਨ ਆਣਾ? ਖਤਰੋਂ ਕੇ ਖਿਲਾੜੀ 'ਚ ਉਹ ਕਹਿੰਦੇ ਤੁਸੀਂ ਜ਼ਿਆਦਾ ਹੈਵੀ ਸਟੰਟ ਕਰਦੇ ਆ। ਅਰੇ ਔਖੇ ਹੋਏ ਨੇ ਹਨਾ, ਇਹ ਜ਼ਿਆਦਾ ਔਖੇ ਹੋਏ। ਕਿਉਂਕਿ ਜੀ ਪਲੀਜ਼ ਡੂ ਮੀ ਫੇਵਰ, ਇਹਨਾਂ 'ਚੋਂ ਕਮੀਜ਼ ਕੱਢ ਦੇ, ਕਿਉਂਕਿ ਜੇ ਮੈਂ ਆਹ ਕਮੀਜ਼ ਕੱਢਣ ਪੈ ਗਿਆ ਤੇ ਮੈਂ ਸਾਰੀਆਂ ਓ ਟੈਲੈਂਟ ਲਿਆ ਓਏ। ਓ ਓ ਦੇ ਵਾਹ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਉਮੀਦ ਕਰਦਾ ਤੁਸੀਂ ਸਾਰੇ ਜਣੇ ਕੈਂਟ ਹੋਵੋਗੇ। ਅੱਜ ਦਾ ਦਿਨ ਬਹੁਤ ਹੀ ਜ਼ਿਆਦਾ ਇੰਟਰਸਟਿੰਗ ਹੋਣ ਵਾਲਾ, ਕਿਉਂਕਿ ਇੱਕਦਮ ਸਾਡਾ ਪਲਾਨ ਬਣਿਆ ਸੀਗਾ। ਆਪਾਂ ਜਿੱਥੇ ਚੱਲੇ ਆ ਬਾਕੀ ਗੱਲਾਂ ਰੋਕੇ ਕਰਦੇ, ਲੇਟ ਬਹੁਤ ਹੋ ਗਏ। ਚਲੋ ਇੱਕ ਬੈਗ ਆਪਣਾ ਛੋਟਾ ਜਿਹਾ ਉਹ ਪੈਕ ਹੋ ਗਿਆ, ਬੰਦ ਕਿੱਦਾਂ ਕਰਾਂ? ਚਲ ਡਨ, ਪੈਕ ਹੋ ਗਿਆ, ਲੈਪਟਾਪ ਦਾ ਸਾਰਾ ਸਮਾਨ ਹੋ ਗਿਆ, ਚਾਰਜਰ ਹੋ ਗਿਆ। ਅੱਜ ਇਦਾਂ ਦੀ ਫੀਲਿੰਗ ਆਉਂਦੀ ਪਈ ਨਾ ਜਿੱਦਾਂ ਕਬੀਰ ਨਾਲ ਫਸਟ ਟ੍ਰਿਪ ਤੇ ਚੱਲੇ ਹੁੰਨੇ। ਬਿਲਕੁਲ, ਟ੍ਰਿਪ ਤੇ ਨਹੀਂ ਚੱਲੇ, ਨਹੀਂ ਬਹੁਤ ਜਲਦੀ ਉਹ ਵੀ ਦੇਣ ਆਉਣ ਵਾਲਾ ਵਾ। ਕਬੀਰ ਅੱਜ ਕਿੱਥੇ ਚੱਲਾ ਜੀ, ਇਹਨੇ ਡੋਲੇ ਛੋਲੇ ਕੱਢ ਕੇ ਓਏ ਹੋਏ 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 ਜਿਮ ਲਾ ਕੇ ਆਇਆ ਮੇਰਾ ਪੁੱਤ। ਚਲੋ 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 ਨੀ ਮਾਂ ਦੀਆਂ ਗੁੱਗੀਆਂ ਬੁੱਗੀਆਂ, ਚਲੋ 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 ਨਿਕਲੀ ਯਾਰ। ਜਦੋਂ ਆਪਾਂ ਘਰੋਂ ਨਿਕਲੇ ਸੀ ਨਾ ਤੇ ਮੰਮਾ ਕਹਿੰਦੇ ਸੀ ਕੁਛ ਖਾ ਲਏ, ਮਤਲਬ ਮੰਮਾ ਕਹਿੰਦੇ ਕੁਛ ਖਾ ਲਓ ਘਰੋਂ, ਪਾਪਾ ਕਹਿੰਦੇ ਨਹੀਂ ਨਹੀਂ ਇਹ ਸਬਵੇ ਵਾਲੇ। ਮੈਂ ਪ੍ਰਾਊਡਲੀ ਪਾਪਾ ਨੂੰ ਕਹਿਣਾ ਚਾਹੁੰਦਾ, ਪਾਪਾ ਜੀ ਆਪਾਂ ਸਬਵੇ ਵਾਲੇ ਨੇ, ਆਪਾਂ ਫਿਰ ਫਰਿਸਤਾਲੇ ਆ। ਇਹ ਅੱਜ ਕੱਲ੍ਹ ਦੀ ਦੁਨੀਆ ਆ, ਇਹ ਅੱਜ ਕੱਲ੍ਹ ਦੀ ਰੰਗਲੀ ਦੁਨੀਆ ਆ, ਸਿਰਫ ਫੋਨਾਂ 'ਚ ਹੀ ਰਹਿ ਗਈ ਹੈ, ਬਾਹਰਲੀ ਜ਼ਿੰਦਗੀਆਂ 'ਚ ਨਹੀਂ ਆ ਰਹੀ। ਡੋਲਿਆ ਜਿਹਾ ਕੱਟਿਆ ਕੇ ਦਿਖਾਈ ਆ, ਉਹ ਛੱਡ ਦਿਓ ਯਾਰ, ਉਹ ਪ੍ਰਧਾਨ ਛੱਡ ਦੇ ਯਾਰ, ਕਾਕੇ ਨੂੰ ਨਹੀਂ ਛੱਡਣਾ, ਫੋਨ ਨੂੰ ਛੱਡ ਦੇ ਕਹਿੰਦੀਆਂ, ਸਭ ਇੱਕ ਤੋਂ ਇੱਕ ਬੈਠੇ ਨੇ। ਡੇਢ ਸੌ ਦੇ ਦਿਓ, ਡੇਢ ਸੌ ਦੇ ਦਿਓ। ਕਬੀਰੋ ਦਾਰਲਿੰਗਾਂ ਉੱਠ ਪਈਆਂ ਨੇ, ਕਿਆ ਚਾਚਾ ਬਹੁਤ ਤੁਸੀਂ ਵੀ ਆਏ? ਚਾਚਾ ਬਹੁਤ ਹਾਏ ਲੋ ਕਹਿ ਦੋ, ਹੈਨਾ? ਇਹ ਵੀ ਜਦੋਂ ਪਹਿਲਾਂ ਚਾਚਾ ਉਹ ਚੇਤਾ ਤਾਂ ਮੂੰਹ ਹੀ ਇੰਦਾ ਕਰ ਲਿਆ। ਤੁਸੀਂ ਸਾਰੇ ਜਣੇ ਸੁੱਤੇ ਹੋਵੋਗੇ ਕਿਉਂਕਿ ਮੈਂ ਵੀ ਸੁੱਤੇ ਹੀ ਸੀ। ਆਪਾਂ ਆਏ ਆ ਕਬੀਰ ਦੀ ਨਾਨੀ ਕੋਲ, ਕਹੀ ਜਾਂਦੇ ਮੇਰਾ ਦਿਲ ਕਰਦਾ ਮਿਲਣ ਨੂੰ। ਯਾਰ ਇੱਕ ਗੱਲ ਦੇਖ ਲਓ ਲਾਟੇ, ਅੱਜ ਤੱਕ ਮੇਰੀ ਮੰਮੀ ਨੇ ਕਦੇ ਨੀ ਕਿਹਾ ਆ ਜਾ ਚੰਨ ਮੈਨੂੰ ਮਿਲ ਜਾ। ਅੱਜ ਜਦੋਂ ਦਾ ਕਬੀਰ ਹੋਇਆ ਨਾ ਦਿਹਾੜੀ 'ਚ ਚਾਰ ਚਾਰ ਫੋਨ ਕਰਕੇ ਕਹਿ ਦਿੰਦੇ ਮੇਰਾ ਦਿਲ ਉਧਰ ਗਿਆ, ਮਿਲ ਜਾ ਖਾਣ ਕੇ ਮੈਨੂੰ, ਮੇਰਾ ਦਿਲ ਕਰਦਾ ਤੈਨੂੰ ਮਿਲਣ ਨੂੰ। ਮੈਂ ਕਿਹਾ ਮੈਨੂੰ ਨੀ ਕਰਦਾ, ਕਬੀਰ ਨੂੰ ਕਰਦਾ ਤੁਹਾਡਾ। ਤੇ ਅੱਜ ਆਪਾਂ ਬਿਲਕੁਲ ਨੀ ਦੱਸਿਆ ਮੰਮਾ ਨੂੰ, ਸਵੇਰੇ ਮੰਮਾ ਦਾ ਫੋਨ ਵੀ ਆਇਆ, ਮੈਂ ਮੰਮਾ ਨੂੰ ਪੁੱਛ ਵੀ ਲਿਆ, ਮੈਂ ਕਿਹਾ ਘਰੇ ਹੀ ਹੁਣ ਨਾ, ਤੇ ਮੰਮਾ ਕਹਿੰਦੇ ਕਿੱਦਣ ਆਉਣਾ ਤੂੰ, ਮੈਂ ਕੋਈ ਨਾ ਮੈਂ ਆਉਂਗੀ ਚਾਰ ਪੰਜ ਦਿਨ ਲੱਗ ਜਾਣੇ। ਉਸ ਤੋਂ ਬਾਅਦ ਆਪਾਂ ਕਬੀਰ ਨੂੰ ਮੰਮਾ ਹੁਣਾਂ ਕੋਲ ਛੱਡ ਕੇ ਫਿਰ ਆਪਾਂ ਜਾਣਾ ਵਾ ਦੀਦੀ ਹੁਣਾਂ ਵੱਲ। ਸਤਿ ਸ਼੍ਰੀ ਅਕਾਲ ਭਾਬੀ, ਹੋਰ ਕਿੱਦਾਂ? ਜਾਣਾ ਹੀ ਨਹੀਂ ਸੀ ਦਿਲ ਲੈ ਕੇ ਆ ਬੰਦੇ ਦੱਸਿਆ ਨਹੀਂ, ਕੀ ਕਹਿੰਦੇ ਭਾਈ? ਦੱਸਿਆ ਹੀ ਨਹੀਂ ਜੈਨੂ ਚੋਲੀ ਅੱਜ ਤੇ ਨਾ ਹੋਣੀ ਵੀਡੀਓ ਕਾਲ ਤੇ ਪਛਾਣਦਾ ਸਾਰਿਆਂ ਨੂੰ, ਹੁਣ ਜਿੱਦਣ ਦੀਦੀ ਨੂੰ ਮਿਲੇ ਕੀ ਉਧਰ ਦੇਖ ਕਿੱਡਾ ਖੁਸ਼ ਹੋਇਆ। ਇੱਥੇ ਪਾਪਾ ਕਿੱਥੇ ਆ ਤੇ ਉਹ ਚਾਚਾ ਬਾਊ ਆ? ਸੋ ਕਦੋਂ ਤੇ ਘਰੋਂ ਨਿਕਲੇ ਆ? ਅਜੇ ਤੱਕ ਤੁਹਾਨੂੰ ਦੱਸਿਆ ਨਹੀਂ ਆਪਾਂ ਕਿੱਥੇ ਜਾ ਰਹੇ, ਕੀ ਹਿਸਾਬ ਕਿਤਾਬ ਹੀ ਸਾਰਾ। ਰਾਤੀ 10:50 ਤੇ ਦੀਦੀ ਦਾ ਮੈਸੇਜ ਆਇਆ ਹੈ ਕਿ ਆਪਾਂ ਛਬੀਲ ਲਾਉਣ ਲੱਗੇ ਆ ਤੇ ਤੁਸੀਂ ਆਉਣਾ ਵਾ, ਤੇ ਮੈਂ ਉਸ ਟਾਈਮ ਤੇ ਕਰਤਾ ਸੀਗਾ ਮਨਾ। ਤੇ ਉਸ ਤੋਂ ਬਾਅਦ ਕੀ ਹੋਇਆ, ਮੈਂ ਤੇ ਚੰਨ ਜਾਗਣ ਦੇ ਸੀ, ਆਪਾਂ ਕੰਮ ਕਰਨ ਦੇ ਸੀ, ਕਬਿੰਦੀ ਦਾ ਕੰਮ ਨਿਬੇੜਨ ਦੇ ਸੀ। ਮੈਂ ਇਹਨੂੰ ਦੱਸਿਆ ਮੈਂ ਕਿਹਾ ਇੱਦਾਂ ਇੱਦਾਂ, ਤੇ ਕਹਿੰਦੀ ਇੱਕ ਕੰਮ ਕਰਦੇ ਆ ਚੱਲਦੇ ਆ, ਉਦੋਂ ਸਵੇਰ ਦੇ 6 ਵਜੇ ਸੀ ਤੇ ਕਹਿੰਦੀ ਚੱਲਦੇ ਆ। ਮੈਂ ਕਿਹਾ ਚਲੋ ਠੀਕ ਹੈ। ਉਸ ਤੋਂ ਬਾਅਦ ਫਿਰ ਆਪਾਂ ਸਿੱਧਾ ਪਹੁੰਚੇ ਹਾਂ ਫਿਲਹਾਲ ਆ ਕੇ ਜਲੰਧਰ, ਕਬੀਰ ਨੂੰ ਫੜਾਤਾ ਇਹਦੇ ਨਾਨੀ ਦੇ ਘਰੇ, ਕਬੀਰ ਦੀ ਨਾਨੀ ਦੇ ਘਰੇ। ਤੇ ਆਹ ਉਸਤਾਦ ਉਹਨੇ ਗੱਡੀ ਵੱਡੀ ਵੇਖ ਕੇ ਮੈਨੂੰ ਦਵਾਈ ਬੜੀ ਦੇ ਦਿੱਤੀ 300 ਰੁਪਏ ਦੀ। ਕਹਿੰਦਾ ਗੱਡੀ ਕਿਹੜੀ ਆ? ਮੈਂ ਹੈ ਯਾਰ ਉਹਨੇ ਫਿਰ ਆਹ ਵੇਖਿਆ ਸਹੀ, ਉਹ ਭਾਵੇਂ ਮੈਨੂੰ 20 ਦੀ ਦਵਾਈ ਦਿੱਤਾ, ਉਹਨੇ ਇੱਕ ਚੀਚੀ ਬਣਾ ਦਿੱਤੀ 150 ਰੁਪਏ ਦੀ ਦਵਾਈ ਆ, ਜਿਵੇਂ ਮੈਨੂੰ ਬੁਖਾਰ ਚੜੇ ਹੁੰਦੇ।
ਇਹਨੇ ਇੱਕ ਗਲੈਂਡ ਗਿਆ ਸੀ ਉਹ ਸਟ੍ਰੈਪਸਿਲਿਨ ਦੀ ਮਿਕਸ ਕਰਾ ਬੜਾ ਮੇਰਾ ਉਹ ਮਿਕਸ ਦੀ ਗੋਲੀ ਲੈ ਆਉਣੀ ਯਾਰ ਤੂੰ ਕਹਿੰਦੀ ਇਸ ਹਿਸਾਬ ਨਾਲ ਤੇ ਜੇ ਤੂੰ ਪੈਦਲ ਜਾਣਾ ਫਿਰ ਤਾਂ ਤੈਨੂੰ ਦੇਣੀ ਨਹੀਂ ਸੀ ਦਵਾਈ ਉਹਨਾਂ ਨੇ ਤੇਰੇ ਉੱਤੇ ਕੀ ਖਿਆਲ ਆਉਂਦੇ ਭਾਵੇਂ ਕਿਤੇ ਵਾਵਾ ਸਮਾਸ ਮੂਲ ਲੈ ਲੂਗਾ ਲਾਣ ਮੈਂ ਅੰਕਲ ਜੀ ਇੱਕ ਖੁਰਾਕ ਦੇ ਦੋ ਆ ਵੇਖੋ ਸਹੀ ਉਹ ਇੱਕੋ ਇੱਕੋ ਤਰ੍ਹਾਂ ਦੇ ਦੋ ਦੋ ਪੱਤੇ ਫੜਾ ਦੇ ਜਿਵੇਂ ਮੈਂ ਬੜਾ ਬਿਮਾਰ ਹੁੰਦਾ ਉਹਨੂੰ ਪੁੱਛਣਾ ਖਾਣੀ ਕਿਤੇ ਕਦੋਂ ਆ ਆਦਾ ਇੱਕ ਖਾਈ ਜਾਓ ਜਦੋਂ ਜੀ ਕਰਦਾ ਐਡੇ ਵੀ ਆ ਕਿ ਆਦਾ ਪੂਜਾ ਕਾ ਪੱਤਾ ਪਾ ਦੇ ਕਾ ਪੱਤਾ ਪਾ ਦੇ ਯਾਰੇ ਪੂਜਾ ਪੂਜਾ ਕਰਾਤੀ ਮੇਰੀ ਕਿ ਜਦੋਂ ਉਹਨੇ ਪੋਲ ਲੱਗਣਾ ਦਵਾਈ ਮੈਂ ਕੋਈ ਸੇਵਾ ਆਦਾ ਕੱਖਾ ਲੈ ਲੈਨੇ ਆ ਡੁੱਲਦਾ ਬਹੁਤ ਆ ਮੰਨਦੇ ਨੀ ਸੀ ਪਏ ਮੇਰੀ ਗੱਲ ਪਲਵਿੰਦਰ ਦੇ ਕੰਮ ਦੇਖ ਲੋ ਕਿਉਂ ਇਹ ਥੋੜੀ ਗੱਲ ਤਾਂ ਦੱਸਣ ਡਿਆ ਇੱਧਰ ਇੱਧਰ ਨੂੰ ਅੱਜ ਇੱਧਰ ਸਾਈਕਲ ਜਿਹਾ ਆਇਆ ਵਾ ਇਹ ਰਸਤੇ ਪੱਟੇ ਆ ਨਾ ਉਹਦਾ ਕਰਕੇ ਯਾਰ ਉੱਥੇ ਵੇਟ ਕਰਨ ਡੇ ਅੱਜ ਅਸੀਂ ਉਹਨਾਂ ਨੂੰ ਬਹੁਤ ਤੰਗ ਕੀਤਾ ਵੈਸੇ ਸੋਰੀ ਯਾਰ ਤੁਹਾਨੂੰ ਅਗਰ ਤੁਸੀਂ ਵਲੌਗ ਦੇਖੋਗੇ ਤਾਂ ਦਿਲੋਂ ਸੋਰੀ ਤਾਂ ਅਸੀਂ ਪਤਾ ਨਹੀਂ ਆ ਕਿੱਦਾਂ ਦੇ ਰੋੜਾਂ ਤੇ ਫਸਾਇਆ ਸਾਨੂੰ ਪਲਵਿੰਦਰ ਨੇ ਪਹਿਲਾਂ ਕਹਿੰਦਾ 3 ਮਿੰਟ ਦਾ ਰਸਤਾ ਇੱਥੋਂ ਉਹਨਾਂ ਦਾ ਫੋਨ ਆਇਆ ਮੈਂ ਕਿਹਾ 5 ਮਿੰਟ ਚ ਪਹੁੰਚਣ ਲੱਗੇ ਹੁਣ ਪਤਾ ਨਹੀਂ ਕਹਿੰਦੇ ਪਿੱਛੇ ਨੂੰ ਮੁੜੋ 18 ਮਿੰਟ ਦਾ ਰਸਤਾ ਆ ਪਹੁੰਚ ਗਈ ਤੁਹਾਡੀ ਓਏ ਹੋਏ ਹੋਏ ਸਾਡੇ ਪੁਆਇੰਟ ਹੈਗੇ ਆ 6 ਚਾਚਾ ਬਾਹੋ ਦੇ 8 ਸਾਡੇ ਹੈਗੇ 13 ਸਵਿੰਗ ਕਰਦੇ ਬਾਹਰ ਨਾਲ ਲਵਾ ਲਿਓ ਕਿਤੇ ਕੋਚ ਸਾਹਿਬ ਕੀ ਕਰ ਰਹੇ ਨੇ ਅਰੇ ਵਾਹ ਕੋਚ ਸਾਹਿਬ ਵੈਰੀ ਗੁੱਡ ਵੈਰੀ ਗੁੱਡ ਸ਼ਾਬਾਸ਼ ਕੋਚ ਸਾਹਿਬ ਮਾਂਚਨ ਲੀਡ ਤੇ ਆ 76 ਪੁਆਇੰਟ ਦੇ ਨਾਲ ਪਹਿਲੇ ਨੰਬਰ ਤੇ ਮਾਂਚਨ ਮੁਬਾਰਕਾਂ ਜਿੱਤ ਗਏ ਹੈਲੋ ਮੈਡਮ
फिलहाल पहुंच के दीदी को इतनी ज्यादा थकावट फील हो रही ना, घरे पहुंच के नहाना वा, काम करते हैं रस्ते च मीह पै जांदा मजा आंदा, पर रस्ते च नहीं पिया पर पहुंचदे ही पै गए, कदम बाहर पुट्टा नहीं लगे ही, नजारा रस्ते चा ना सारा।